ਹਾਂਜੀ ਪਿਆਰੇ ਵਿਦਿਆਰਥੀਓ ਤੁਹਾਡੇ ਸਾਰਿਆਂ ਦਾ ਮੇਰੇ YouTube ਚੈਨਲ ਮੈਥਮੈਟਿਕਸ ਮੇਡ ਈਜ਼ੀ ਤੇ ਸਵਾਗਤ ਆ ਆ ਹੋਪ ਹੈ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਘਰਾਂ ਦੇ ਵਿੱਚ ਤੇ ਗਵਰਨਮੈਂਟ ਵੱਲੋਂ ਦਿੱਤੀਆਂ ਹਦਾਇਤਾਂ ਦਾ ਜਿਹੜੀ ਆ ਉਹ ਪਾਲਣਾ ਕਰ ਰਹੇ ਹੋਵੋਗੇ ਤੇ ਨਾਲ ਹੀ ਆਪਣੇ ਸਰੀਰ ਨੂੰ ਫਿੱਟ ਰੱਖਣ ਲਈ ਵਿਭਾਗ ਵੱਲੋਂ ਉਹ ਜੋ ਤੁਹਾਨੂੰ ਇੱਕ ਵੀਡੀਓ ਰਾਹੀਂ ਦੱਸਿਆ ਗਿਆ ਹੈ ਤੁਸੀਂ ਕਿਹੜੀਆਂ ਐਕਸਰਸਾਈਜ਼ ਕਲਾਸ ਵਾਈਜ਼ ਕਰ ਸਕਦੇ ਹੋ ਉਹ ਵੀ ਤੁਸੀਂ ਡੇਲੀ ਰੁਟੀਨ ਦੇ ਵਿੱਚ 30 ਤੋਂ 40 ਮਿੰਟ ਉਹ ਜਿਹੜੀਆਂ ਐਕਸਰਸਾਈਜ਼ ਹੈ ਤੁਸੀਂ ਉਹ ਡੇਲੀ ਕਰਿਆ ਕਰੋ ਅ ਅੱਜ ਆਪਾਂ ਜਿਹੜਾ ਟੌਪਿਕ ਸਟਾਰਟ ਕਰਨ ਜਾ ਰਹੇ ਹਾਂ ਉਹ ਸੈੱਟ ਚੈਪਟਰ ਦੀ ਸੈਕੰਡ ਐਕਸਰਸਾਈਜ਼ ਨਾਲ ਰਿਲੇਟਡ ਹੈ ਇਸ ਵਿੱਚ ਆਪਾਂ ਜਿਹੜੀ ਐਕਸਰਸਾਈਜ਼ 1.1 ਦੇ ਵਿੱਚ ਹੈ ਆਪਾਂ ਸੈੱਟ ਦੀ ਡੈਫੀਨੇਸ਼ਨ ਕਰ ਲਈ ਸੀ ਸੈਟ ਨੂੰ ਰਿਪਰੈਜ਼ੈਂਟ ਕਿਵੇਂ ਕਰਨਾ ਆਪਾਂ ਉਹ ਸਿੱਖ ਲਿਆ ਸੀਗਾ ਦੋ ਫਾਰਮ ਸੀਗੀਆਂ ਇੱਕ ਸੈਟ ਬਿਲਡਰ ਫਾਰਮ ਤੇ ਇੱਕ ਰੋਸਟਰ ਫਾਰਮ ਠੀਕ ਹੈ ਸੋ ਉਹਦੇ ਆਪਾਂ ਕੁਐਸਚਨ ਵੀ ਕਰ ਲਏ ਸੀਗੇ ਸੋ ਫਰਸਟ ਐਕਸਰਸਾਈਜ਼ ਜਿਹੜੀ ਮੇਨਲੀ 베이스 ਸੀ ਉਹ ਡੈਫੀਨੇਸ਼ਨ ਦੇ ਵਿੱਚ ਜਿਹੜੀ ਕਲੈਕਸ਼ਨ ਆਪਾਂ ਆ ਆਇਡੈਂਟੀਫਾਈ ਕਰਨੀ ਹੁੰਦੀ ਸੀ ਇਹ ਸੈਟ ਹੈ ਕਿ ਨਹੀਂ ਹੈ ਕਿਹੜੀ ਕਲੈਕਸ਼ਨ ਸੈਟ ਹੁੰਦੀ ਹੈ ਕਿਹੜੀ ਨਹੀਂ ਹੁੰਦੀ ਠੀਕ ਹੈ ਸੋ ਆਪਾਂ ਉਹ ਸਿੱਖਿਆ ਸੀ ਤੇ ਸੈਟ ਬਿਲਡਰ ਫਾਰਮ ਤੇ ਰੋਸਟਰ ਫਾਰਮ ਸਿੱਖੀ ਸੀ ਨੈਕਸਟ ਹੈ ਜਿਹੜਾ ਆਪਣੇ ਕੋਲੇ ਅੱਜ ਦਾ ਜਿਹੜਾ ਟੌਪਿਕ ਹੈ ਇੰਦੇ ਵਿੱਚ ਆਪਾਂ ਐਮਪਟੀ ਸੈਟ ਠੀਕ ਹੈ ਆ ਆ ਐਮਪਟੀ ਸੈਟ ਜਿਹੜਾ ਮੈਂ ਹਾਈਲਾਈਟ ਕੀਤਾ ਐਮਪਟੀ ਸੈਟ ਦੀ ਡੈਫੀਨੇਸ਼ਨ ਆਪਾਂ ਕਰਨੀ ਹੈ ਇੱਕ ਠੀਕ ਹੈ ਇਹ ਐਮਪਟੀ ਸੈਟ ਨੂੰ ਬੱਚੇ ਦੋ ਨਾਮ ਨਾਲ ਹੋਰ ਜਾਣਿਆ ਜਾਂਦਾ ਹੈ ਉਹ ਕੀ ਹੈ ਨਲ ਸੈਟ ਔਰ ਦੀ ਵੋਇਡ ਸੈਟ ਜਿਹੜੇ ਮੈਂ ਹਾਈਲਾਈਟ ਕੀਤੇ ਆ yellow ਦੇ ਵਿੱਚ ਠੀਕ ਹੈ orange ਜਾਂ yellow ਆਹ ਕਲਰ ਜਿਹੜਾ ਤੁਹਾਨੂੰ ਸ਼ੋ ਹੋ ਰਿਹਾ ਅਹ ਇਹਨਾਂ ਨੂੰ ਨਲ ਸੈਟ ਜਾਂ ਵੋਇਡ ਸੈਟ ਵੀ ਕਹਿੰਦੇ ਆ ਉਹ ਆਪਾਂ ਅੱਗੇ ਡਿਸਕਸ ਕਰਾਂਗੇ ਦੀ ਡੈਫੀਨੇਸ਼ਨ ਕੀ ਹੁੰਦੀ ਹੈ ਨੈਕਸਟ ਆਪਾਂ ਜਿਹੜਾ ਅੱਜ ਡਿਸਕਸ ਕਰਨਾ ਹੈ ਫਾਈਨਾਈਟ ਸੈਟ ਤੇ ਇਨਫਾਈਨਾਈਟ ਸੈਟ ਅਹ ਫਾਈਨਾਈਟ ਸੈਟ ਤੇ ਇਨਫਾਈਨਾਈਟ ਸੈਟ ਫਾਈਨਾਈਟ ਦਾ ਮਤਲਬ ਹੈ ਅਹ ਆਪਣੇ ਕੋਲ ਗਿਣਨ ਯੋ ਕਹਿ ਲਓ ਇਨਫਾਈਨਾਈਟ ਫਾਈਨਾਈਟ ਦਾ ਮਤਲਬ ਹੈ ਅਨ ਅਹ ਗਿਣਤ ਜਿਨ੍ਹਾਂ ਨੂੰ ਆਪਾਂ ਕਾਊਂਟ ਨਹੀਂ ਕਰ ਸਕਦੇ ਆ ਅਨੰਤ ਤੱਕ ਕਹਿ ਲਓ हां सो ਇੰਦੀ ਡੈਫੀਨੇਸ਼ਨ ਵੀ ਇੱਕ ਕਰਾਂਗੇ ਐਮਪਟੀ ਸੈਟ ਫਾਈਨਾਈਟ ਸੈਟ ਇਨਫਾਈਨਾਈਟ ਸੈਟ ਤੇ ਨੈਕਸਟ ਹੈ ਇਕੁਅਲ ਸੈਟਸ ਜਿਹੜੀਆਂ ਆਪਾਂ ਅੱਜ ਆ ਟਾਪਿਕ ਕਵਰ ਕਰਨੇ ਆ ਫਾਈਨਾਈਟ ਇਨਫਾਈਨਾਈਟ ਐਮਪਟੀ ਤੇ ਇਕੁਅਲ ਸੈਟ ਸੋ ਚਲੋ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਦੇ ਆ ਆ ਐਮਪਟੀ ਸੈਟ ਦੀ ਡੈਫੀਨੇਸ਼ਨ ਹਾਂ ਐਮਪਟੀ ਸੈਟ ਕੀ ਹੈ ਬੱਚੇ ਹੁਣ ਪਹਿਲੀ ਗੱਲ ਤਾਂ ਇਹ ਹੈ ਆਪਾਂ ਪਹਿਲਾਂ ਜਿਹੜੇ ਸੈਟ ਪੜ੍ਹ ਕੇ ਆਏ ਆਂ ਕੁਝ ਕੁ ਸੈਟ ਦੇ ਵਿੱਚ ਤਾਂ ਥੋੜੇ ਜਿਹਾ ਐਲੀਮੈਂਟ ਸੀਗੇ ਠੀਕ ਹੈ ਜਿਵੇਂ ਫੋਰ ਐਗਜ਼ਾਮਪਲ ਜਿਵੇਂ ਮੈਂ ਤੁਹਾਨੂੰ ਇੱਥੇ ਲਿਖ ਕੇ ਵਿਖਾਵਾਂ ਕੁਝ ਕੁ ਸੈਟ ਦੇ ਵਿੱਚ ਤਾਂ ਥੋੜੇ ਜਿਹਾ ਐਲੀਮੈਂਟ ਸੀਗੇ ਜਿਵੇਂ ਕਿ ਜਿਵੇਂ 1 2 3 1 2 3 ਸੇ 4 ਸੋ ਇਹ ਤਾਂ ਚਾਰ ਹੀ ਐਲੀਮੈਂਟ ਹੈ ਇਹਨੂੰ ਆਪਾਂ ਕਹਿ ਦਾਂਗੇ ਥਿਸ ਇਜ਼ ਕਾਲਡ ਫਾਈਨਾਈਟ ਸੈਟ ਠੀਕ ਹੈ ਇਹ ਤੁਹਾਡਾ ਫਾਈਨਾਈਟ ਸੈਟ ਹੋ ਗਿਆ ਠੀਕ ਹੈ ਨੈਕਸਟ ਹੈ ਜਿਵੇਂ ਆਪਾਂ ਨੈਚੁਰਲ ਨੰਬਰ ਦਾ ਸੈਟ ਕੀਤਾ ਸੀਗਾ ਨੈਚੁਰਲ ਨੰਬਰ ਦੀ ਸੈਟ ਦੀ ਗੱਲ ਕਰੀ ਆਪਾਂ ਜਿਹਨੂੰ ਆਪਾਂ ਐਨ ਨਾਲ ਡਿਨੋਟ ਕੀਤਾ ਸੀਗਾ 1 2 3 ਫੋਰ ਐਂਡ ਸੋ ਔਨ ਇਹ ਬੱਚੇ ਇਹ ਇਨਫਾਈਨਾਈਟ ਸੈਟ ਹੈ ਇਹਦੇ ਵਿੱਚ ਬਹੁਤ ਸਾਰੇ ਐਲੀਮੈਂਟ ਹੈ ਠੀਕ ਹੈ ਸੋ ਆਪਾਂ ਇਹ ਚੀਜ਼ ਪਹਿਲਾਂ ਪੜ ਚੁੱਕੇ ਆ ਥੋੜੀ ਜੀ ਡਿਫਾਈਨ ਕਰਨੀ ਹੀ ਬਾਕੀ ਸੀਗੀ ਸੋ ਆਪਾਂ ਹੁਣ ਉਹ ਡਿਫਾਈਨ ਕਰਦੇ ਆ ਹਾਂ ਹੁਣ ਹੁਣ ਫਾਈਨਾਈਟ ਇਨਫਾਈਨਾਈਟ ਦੀ ਥੋੜਾ ਜਿਹਾ ਓਵਰਵਿਊ ਤੁਹਾਨੂੰ ਮੈਂ ਦੇਤਾ ਨੈਕਸਟ ਆ ਆਹ ਡੈਫੀਨੇਸ਼ਨ ਹੈ ਬੱਚੇ ਇਹ ਜਿਹੜੇ ਬੱਚੇ ਨੇ ਨੋਟਬੁੱਕ ਤੇ ਜੇ ਲਿਖਣੀ ਵੀ ਹੋਈ ਤਾਂ ਜਿਹੜੀ ਮੈਂ ਹਾਈਲਾਈਟ ਕੀਤੀ ਹੈ ਇਹ ਨੋਟਬੁੱਕ ਇਹ ਡੈਫੀਨੇਸ਼ਨ ਨਾਲ ਸੈਟ ਦੀ ਲਿਖ ਸਕਦੇ ਆ ਇਹ ਸੈਟ ਵਿੱਚ ਡਸ ਨਾਟ ਕੰਟੇਨ ਐਨੀ ਐਲੀਮੈਂਟ ਜਿਹਦੇ ਵਿੱਚ ਕੋਈ ਵੀ ਐਲੀਮੈਂਟ ਨਾ ਹੋਵੇ ਉਹਨੂੰ ਐਮਪਟੀ ਸੈਟ ਜਾਂ ਨਲ ਸੈਟ ਜਾਂ ਵੋਇਡ ਸੈਟ ਕਹਿ ਦਿੰਦੇ ਆ ਠੀਕ ਹੈ ਅਕੋਰਡਿੰਗ ਟੂ ਇਹ ਸੋ ਇਨੀ ਇੱਕ ਡੈਫੀਨੇਸ਼ਨ ਹੈ ਅੱਗੇ ਆਪਾਂ ਪੜ੍ਹਦੇ ਆ ਅਕੋਰਡਿੰਗ ਟੂ ਥਿਸ ਡੈਫੀਨੇਸ਼ਨ ਬੀ ਇਜ਼ ਐਨ ਐਮਪਟੀ ਸੈਟ ਵਾਈਲ ਹਾਂ ਹੁਣ ਉੱਪਰ ਆ ਦੋ ਸੈਟਸ ਦੀ ਗੱਲ ਕੀਤੀ ਹੋਈ ਹੈ ਇਹਨਾਂ ਨੇ ਏ ਸੈਟ ਆ ਆਈ ਸੈਟ ਸੋਰੀ ਹਾਂ ਆਈ ਸੈਟ ਹੁਣ ਉਹਨਾਂ ਨੇ ਕੀ ਕਿਹਾ ਆ ਜਿਹੜਾ ਮੈਂ ਹਾਈਲਾਈਟ ਕੀਤਾ ਕਹਿੰਦਾ ਏ ਸੈਟ ਕੀ ਹੈ ਐਕਸ ਐਕਸ ਸੱਚ ਦੈਟ ਆ ਜਿਹੜੀ ਐਕਸ ਹੈ ਉਹ 1 ਤੇ 2 ਦੇ ਵਿੱਚ ਲਈ ਕਰਦੀ ਪਈ ਹੈ ਤੇ ਐਕਸ ਨੈਚੁਰਲ ਨੰਬਰ ਹੈ ਆਪਾਂ ਹੁਣੇ ਬੱਚੇ ਕਰਕੇ ਆਏ ਆ 1 ਤੋਂ ਬਾਅਦ ਸਿੱਧਾ ਜਿਹੜਾ ਨੈਚੁਰਲ ਨੰਬਰ ਆਊਗਾ ਉਹ ਕੀ ਆਊਗਾ ਆਪਣੇ ਕੋਲੇ ਦੋ ਆਊਗਾ 1 ਤੇ 2 ਦੇ ਵਿਚਕਾਰ ਹੋਰ ਕੋਈ ਨੇਚਰਲ ਨੰਬਰ ਨਹੀਂ ਹੈਗਾ ਠੀਕ ਹੈ ਜੇ ਆਪਾਂ ਇਹਨੂੰ ਇੱਕ ਆ ਆਪਾਂ ਲਾਈਨ ਡਰਾ ਕਰੀਏ ਇੱਥੇ ਜਿਆ ਠੀਕ ਹੈ ਇਹਦੇ ਤੇ ਹੁਣ ਆਪਾਂ ਨੰਬਰ ਲਾਈਨ ਡਰਾ ਕਰੀਏ ਹੁਣ ਨੇਚਰਲ ਨੰਬਰ ਹੈ ਜਿਹੜੇ ਉਹ ਆਪਣੇ ਕੋਲੇ 1 2 3 ਐਂਡ ਸੋ ਆਨ ਹੁੰਦੇ 1 ਤੇ 2 ਦੇ ਵਿਚਕਾਰ ਕੋਈ ਵੀ ਨਹੀਂ ਆਉਂਦਾ ਪਿਆ ਠੀਕ ਹੈ ਨੈਚੁਰਲ ਨੰਬਰ ਸੋ ਕਹਿਣ ਦਾ ਮਤਲਬ ਜੇ ਆਪਾਂ 1 ਤੇ 2 ਦੇ ਵਿਚਕਾਰ ਕੋਈ ਨੈਚੁਰਲ ਨੰਬਰ ਲੱਭਣਾ ਹੋਵੇ ਤਾਂ ਆਪਾਂ ਨੂੰ ਕੋਈ ਵੀ ਨਹੀਂ ਲੱਭਣਾ ਉਹ ਠੀਕ ਹੈ ਸੋ ਆਪਾਂ ਨੰਬਰ ਲਾਈਨ ਤੇ ਵੀ ਦੇਖ ਸਕਦੇ ਹਾਂ ਇਹ ਚੀਜ਼ ਆ ਸੋ ਹੋਰ ਤਾਂ ਆਪਾਂ ਦੂਸਰੇ ਤਾਂ ਬੜੇ ਲੱਭ ਸਕਦੇ ਆ ਪਰ ਨੇਚਰਲ ਨੰਬਰ ਨਹੀਂ ਕੋਈ ਲੱਭਣਾ ਠੀਕ ਹੈ ਸੋ ਕਹਿਣ ਦਾ ਮਤਲਬ ਕੀ ਹੈ ਇਹ ਐਮਪਟੀ ਸੈਟ ਹੋ ਗਿਆ ਵੀ ਕੁਝ ਵੀ ਨਹੀਂ ਹੈਗਾ ਇਸ ਸੈਟ ਦੇ ਵਿੱਚ ਤੇ ਇਹਨੂੰ ਜਿਹੜਾ ਡਿਨੋਟ ਕਰਾਂਗੇ ਆਪਾਂ ਐਮਪਟੀ ਸੈਟ ਨੂੰ ਠੀਕ ਹੈ ਇਹ ਆ ਸਿੰਬਲ ਹੈ ਬੱਚੇ ਸੋ ਇਹ ਯਾਦ ਰੱਖਣਾ ਇਹ ਸਿੰਬਲ ਆ ਜਿਹੜਾ ਮੈਂ ਹਾਈਲਾਈਟ ਕੀਤਾ ਥਿਸ ਫਾਈ ਜਾਂ ਇਹ ਆਪਾਂ ਜਾਦਾ ਫਾਈ ਸਿੰਬਲ ਹੈ ਇਹ ਠੀਕ ਹੈ ਗ੍ਰੀਕ ਲੈਟਰ ਆਪਣੇ ਕੋਲੇ ਆ ਇਹ ਇਹ ਯੂਜ਼ ਕਰਾਂਗੇ ਠੀਕ ਹੈ ਸੋ ਕਹਿੰਦਾ ਮਤਲਬ ਪਹਿਲੇ ਏ ਸੈਟ ਐਮਪਟੀ ਸੈਟ ਹੈ ਬੀ ਸੈਟ ਦੀ ਗੱਲ ਕਰੀਏ ਹੁਣ ਕਹਿੰਦਾ ਵੀ ਐਕਸ ਸੱਚ ਦੈਟ ਐਕਸ ਸਕੁਅਰ ਮਾਈਨਸ 2 ਹੈ ਇਕੁਅਲਸ ਟੂ 0 0 ਹੋਵੇ ਤੇ ਐਕਸ ਰੈਸ਼ੀਨਲ ਨੰਬਰ ਹੋਵੇ ਠੀਕ ਹੈ ਹੁਣ ਆਪਾਂ ਇਹਨੂੰ ਥੋੜਾ ਜਿਹਾ ਸਿੰਪਲੀਫਾਈ ਕਰਦੇ ਹਾਂ ਉਹਨਾਂ ਨੇ ਕੀ ਕਿਹਾ ਤੁਹਾਡੇ ਕੋਲੇ ਬੀ ਸੈਟ ਜਿਹੜਾ ਦਿੱਤਾ ਹੈ ਬੀ ਸੈਟ ਤੁਹਾਨੂੰ ਜਿਹੜਾ ਗਿਵਨ ਆ ਬੀ ਸੈਟ ਗਿਵਨ ਸੀਗਾ x² 2 0 ਕਹਿੰਦਾ ਉਹ x ਦੱਸੋ ਜਿਹੜੀ ਇਰੈਸ਼ਨਲ ਨੰਬਰ ਹੋਵੇ ਤੇ ਇਹਨੂੰ ਸੈਟੀਸਫਾਈ ਕਰਦੀ ਹੋਵੇ ਇਹਨੂੰ ਚਲੋ ਆਪਾਂ ਸੋਲਵ ਕਰਦੇ ਹਾਂ x² a ਦਾ 2 ਉਧਰ ਜਾ ਕੇ ਪਲੱਸ ਦਾ 2 ਹੋ ਜਾਊਗਾ ਸਕੁਅਰ ਹੈ ਜਿਹੜਾ ਉਧਰ ਜਾ ਕੇ ਅੰਡਰਰੂਟ ਬਣ ਜਾਊਗਾ ਹੁਣ a ਜਿਹੜਾ ਵਿੱਚ ਡਸ ਨੋਟ ਬਿਲੋਂਗਸ ਟੂ rational number irrational number ਨੂੰ ਬੱਚੇ ਬਿਲੋਂਗ ਨਹੀਂ ਕਰ ਰਿਆ √2 is irrational ਇਹ ਅ ਪਰमेय ਸੰਖਿਆ ਆਪਾਂ 9ਵੀਂ ਦੇ ਵਿੱਚ ਪੜ੍ਹੀ ਹੋਈ ਆ ਠੀਕ ਹੈ ਇਹ ਕੀ ਹੁੰਦੀ ਆ ਇਹ ਸੈਟ ਆਫ irrational number ਨੂੰ ਬਿਲੋਂਗ ਕਰਦੀ ਆ ਸੋ ਕਹਿਣ ਦਾ ਮਤਲਬ ਕਿ ਜੇ ਤਾਂ ਇੱਥੇ irrational ਲਿਖਿਆ ਹੁੰਦਾ ਤਾਂ ਫਿਰ ਇੱਕ ਮੈਂਬਰ ਉਹਦੇ ਵਿੱਚ ਆ ਗਿਆ ਸੀਗਾ ਸੋ ਇਸ ਕਰਕੇ ਇਹ √2 ਆ ਜਿਹੜਾ ਰੈਸ਼ਨਲ ਨਹੀਂ ਹੈਗਾ ਉਹਨਾਂ ਨੇ ਆਪਾਂ ਨੂੰ ਰੈਸ਼ਨਲ ਲੱਭਣ ਨੂੰ ਕਿਹਾ ਇਸ ਕਰਕੇ ਇਹਦਾ ਆਨਸਰ ਇਸ ਸੈੱਟ ਦੇ ਵਿੱਚ ਕੋਈ ਹੈ ਏ ਸੈੱਟ ਦੇ ਵਿੱਚ ਕੋਈ ਵੀ ਤੁਹਾਡੇ ਕੋਲੇ ਅ ਨੰਬਰ ਨਹੀਂ ਆਉਣਾ ਜਿਹੜਾ ਇਸ ਇਕੁਏਸ਼ਨ ਨੂੰ ਸੈਟੀਸਫਾਈ ਕਰਦਾ ਹੋਵੇ ਇਰੈਸ਼ਨਲ ਆ ਸਕਦਾ ਠੀਕ ਹੈ ਪਰ ਉਹਨਾਂ ਨੇ ਰੈਸ਼ਨਲ ਕਿਹਾ ਲੈਣ ਨੂੰ ਰੈਸ਼ਨਲ ਕੋਈ ਨਹੀਂ ਹੈਗਾ ਸੋ ਇਹ ਇਹ ਐਮਪਟੀ ਸੈੱਟ ਹੋ ਗਿਆ ਸੋ ਨੈਕਸਟ ਕੁਐਸਚਨ ਚੱਲਦੇ ਆ ਸੀ ਸੈੱਟ ਠੀਕ ਹੈ ਇਹ ਆਪਾਂ ਥੋੜੀ ਜਿਹੀ ਡਿਟੇਲ ਦੇ ਵਿੱਚ ਕਰ ਲੈਨੇ ਆ ਇਗਜ਼ਾਮਪਲ ਜਿਹੜੇ ਇਹਨਾਂ ਨੇ ਗਿਵਨ ਹੈ ਸੀ ਸੈਟ ਸੀ ਐਕਸ ਇਜ਼ ਐਨ ਇਵਨ ਪ੍ਰਾਈਮ ਨੰਬਰ ਗ੍ਰੇਟਰ ਦੈਨ 2 ਬੱਚੇ ਹੁਣ ਮੈਂ ਜੇ ਪ੍ਰਾਈਮ ਨੰਬਰ ਲਿਖਾਂ ਇੱਥੇ ਉਹਨਾਂ ਨੇ ਕਿਹਾ ਦੋ ਤੋਂ ਵੱਡਾ ਇਵਨ ਤੇ ਪ੍ਰਾਈਮ ਨੰਬਰ ਦੱਸੋ ਕੀ ਹੋਵੇ ਸੋ ਆਪਾਂ ਕੀ ਕਰਦੇ ਆ ਇੱਥੇ ਪਹਿਲਾਂ ਤਾਂ ਪ੍ਰਾਈਮ ਨੰਬਰ ਲਿਖ ਲੈਣੇ ਪ੍ਰਾਈਮ ਨੰਬਰ ਕਿੱਥੋਂ ਸ਼ੁਰੂ ਹੁੰਦੇ ਆ ਦੋ ਤੋਂ 3 5 7 11 ਅਪਾਜ ਸੰਖਿਆਵਾਂ ਜਿਹਨੂੰ ਆਪਾਂ ਪੰਜਾਬੀ ਚ ਕਹ ਲਈਏ 2 3 5 7 11 13 15 ਨਹੀਂ ਹੁੰਦੀ 17 ਸੋ ਐਵੇਂ ਪ੍ਰੋਸੈਸ ਚੱਲਦਾ ਜਾਂਦਾ ਹੈ ਆਪਣੇ ਕੋਲੇ ਇਹ ਅਪਹਾਜ ਸੰਖਿਆਵਾਂ ਵਾਂ ਮੈਂ ਉਹਨਾਂ ਨੇ ਕਿਹਾ 2 ਤੋਂ ਵੱਡੀ ਪਹਿਲੀ ਗੱਲ ਤਾਂ ਇਹ ਸਿਰਫ 1 ਕੋ ਤੇ 1 ਕੋ ਹੀ ਸੰਖਿਆ ਵੈ ਜਿਹੜੀ ਜਿਸਤ ਹੈ ਤੇ ਅਪਹਾਜ ਹੈ देयर इज ओनली 1 ਨੰਬਰ ਵਿਚ ਇਜ਼ ਈਵਨ ਐਂਡ ਪ੍ਰਾਈਮ ਦੈਟ ਇਜ਼ 2 ਉਹ 2 ਹੈ ਠੀਕ ਹੈ ਹੁਣ ਉਹਨਾਂ ਨੇ ਕਿਹਾ 2 ਤੋਂ ਵੱਡੀ ਵੱਡੀ ਜਿਸ ਅਪਹਾਜ ਸੰਖਿਆ ਦੱਸੋ 2 ਤੋਂ ਵੱਡੀ ਹੋਵੇ ਉਹ ਈਵਨ ਨੰਬਰ ਵੀ ਹੋਵੇ ਤੇ ਪ੍ਰਾਈਮ ਨੰਬਰ ਵੀ ਹੋਵੇ ਉਹ ਪੋਸੀਬਲ ਨਹੀਂਗਾ ਬੱਚੇ ਠੀਕ ਹੈ ਓਨਲੀ 2 ਹੈ ਜਿਹੜਾ ਈਵਨ ਹੈ ਤੇ ਪ੍ਰਾਈਮ ਹੈ ਪ੍ਰਾਈਮ ਨੰਬਰ ਜਿਹੜਾ ਈਵਨ ਹੋਵੇ 2 ਤੋਂ ਇਲਾਵਾ ਹੋਰ ਕੋਈ ਨਹੀਂ ਹੈਗਾ ਸੋ ਇਹ ਵੀ ਨਹੀਂ ਪੋਸੀਬਲ ਸੋ ਜਿਹੜਾ ਉਹਨਾਂ ਨੇ ਗੱਲ ਕੀਤੀ ਹੈ ਉਹ ਸੈੱਟ ਵੀ ਕੀ ਸੈੱਟ ਬਣ ਜੂਗਾ ਐਮਪਟੀ ਸੈੱਟ ਤੇ ਉਹਨੂੰ ਆਪਾਂ ਇਸ ਫਾਈ ਸਿੰਬਲ ਦੇ ਨਾਲ ਹੈ ਜਿਹੜਾ ਡਿਨੋਟ ਕਰਾਂਗੇ ਠੀਕ ਹੈ ਅੱਗੇ ਨੈਕਸਟ ਚੱਲਦੇ ਆਂ ਸੋ ਇਹ D ਸੋ ਇਹ ਇਹ ਵੀ ਨਹੀਂ ਬੱਚੇ ਪੋਸੀਬਲ x² ਹੁਣ x ਦਾ ਸਕੁਅਰ 4 ਕਦੋਂ ਹੋਊਗਾ ਜਦੋਂ x 2 ਹੈ ਤੇ x 2 ਹੈ ਉਹਨਾਂ ਨੇ ਕਿਹਾ ਔਡ ਲੈਣੀ ਹੈ ਇਹ ਵੀ ਐਮਪਟੀ ਆ ਜਨ ਕਿਉਂਕਿ 2 ਹੈ ਉਹ ਈਵਨ ਆ ਸੋ ਇਹ ਇਸ ਤਰ੍ਹਾਂ ਹੈ ਸੀ ਸੋ ਫਾਈਨਾਈਟ ਇਨਫਾਈਨਾਈਟ ਦੀ ਡਿਫੀਨੇਸ਼ਨ ਆਪਾਂ ਹਾਂ ਇੱਕ ਚੀਜ਼ ਹੋਰ ਜਿਵੇਂ ਆਪਣੇ ਕੋਲੇ ਇੱਥੇ ਆਪਾਂ ਗੱਲ ਕੀਤੀ ਸੀਗੀ ਇੱਥੇ ਉੱਪਰ ਆਪਾਂ ਗੱਲ ਕੀਤੀ ਸੀਗੀ ਆਹ ਸੈੱਟ ਇਹ ਫਾਈਨਾਈਟ ਸੈੱਟ ਹੈ ਇਹਨੂੰ ਆਪਾਂ a ਦਾ ਨਾਮ ਦੇ ਲਈਏ ਮੰਨ ਲਓ a ਹੈ ਜੇ ਆਪਾਂ ਲਿਖਣਾ ਹੋਵੇ ਇਸ ਸੈੱਟ ਦੇ ਵਿੱਚ ਕਿੰਨੇ ਐਲੀਮੈਂਟ ਹੈ ਜਾਂ ਇਹਦੇ ਕਿੰਨੇ ਮੈਂਬਰ ਹਨ ਉਹਨੂੰ ਆਪਾਂ NA ਨਾਲ ਡਿਨੋਟ ਕਰਾਂਗੇ ਤਾਂ ਇੱਕ ਕਾਊਂਟ ਕਰ ਲੈਣੇ ਆ 1 2 3 4 ਸੋ ਇਹਦਾ ਆਨਸਰ ਕੀ ਆ ਗਿਆ NA ਨੰਬਰ ਆਫ ਐਲੀਮੈਂਟ ਇਨ ਸੈੱਟ A ਇਜ਼ 4 NA 4 ਸੋ ਇਹਨੂੰ ਆਪਾਂ ਇੰਜ ਲਿਖਾਂਗੇ ਸੋ ਨੈਕਸਟ ਚੱਲਦੇ ਆ ਸੋ ਇੱਥੇ ਉਹਨਾਂ ਨੇ ਦੱਸਿਆ ਹੀ ਹੋਇਆ ਆ ਦੇਖ ਲਓ ਜਿਵੇਂ ਉੱਪਰ A ਸੈੱਟ ਆ ਆ ਮੈਂ ਹਾਈਲਾਈਟ ਕਰਨ ਲੱਗਾ ਇਹ ਵੀ ਤੁਹਾਨੂੰ ਮੈਂ ਥੋੜਾ ਜਿਹਾ ਦੱਸ ਦਾਂ A ਸੈੱਟ ਆ ਆਹ दिस इज़ बी सैट दिस इज़ सी सैट सो ए सैट के किन्ने पाँच मैंबर है सो so इन्हों ने लिखे हुए इतने इधर भी हाईलाइट करता मैं पाँच है बीच किन्ने छे है सो सिक्स एलीमेंट है सो so ठीक है ये छे आ गए हाँ ਮੈਨ ਲੀਵਿੰਗ ਬ੍ਰੈਂਜ਼ਲਿਨ ਇਨ ਡਿਫਰੈਂਟ ਪਾਰਟਸ ਆਫ ਦੀ ਵਰਲਡ ਹਾਂ ਇਹ ਫਾਈਨਾਈਟ ਹੋਊਗਾ ਬੱਚੇ ਇਨਫਾਈਨਾਈਟ ਨਹੀਂ ਹੋਊਗਾ ਕਿਉਂਕਿ ਆਪਾਂ ਨੂੰ ਪਤਾ ਹੈ ਬੰਦੇ ਦਾ ਮਤਲਬ ਕਾਊਂਟੇਬਲ ਹੀ ਹੈ ਗਿਣਸ ਗਿਨੇ ਜਾ ਸਕਦੇ ਇਹ ਤਾਂ ਨਹੀਂ ਅਗਿਆਨ ਜਿੰਨਾ ਤਾਂ ਸੋ ਹਮ ਇਹਦੀ ਡੈਫੀਨੇਸ਼ਨ ਆਹ ਆ ਗਈ ਇਹ ਲਿਖਣੀ ਹੈ ਨੋਟਬੁੱਕ ਤੇ ਲਿਖ ਸਕਦੇ ਹੋ ਫਾਈਨਾਈਟ ਸੈਟ ਦੀ ਇਹ ਸੈਟ ਵਿਚ ਇਜ਼ ਐਮਪਟੀ ਔਰ ਕੰਸਿਸਟ ਆਫ ਅ ਫਾਈਨਾਈਟ ਨੰਬਰ ਆਫ ਐਲੀਮੈਂਟ ਇਜ਼ ਕਾਲਡ ਫਾਈਨਾਈਟ ਜਿਹੜਾ ਐਮਪਟੀ ਸੈਟ ਹੁੰਦਾ ਉਹ ਵੀ ਫਾਈਨਾਈਟ ਹੀ ਦੇ ਵਿੱਚ ਹੀ ਆਉਂਦਾ ਅਦਰਵਾਈਜ਼ ਇਟ ਇਟ ਇਜ਼ ਕਾਲਡ ਇਨਫਾਈਨਾਈਟ ਸੈਟ ਸੋ ਹੁਣ ਜਿਵੇਂ ਉਹਨਾਂ ਨੇ ਐਗਜ਼ਾਮਪਲਸ ਹੋਰ ਦਿੱਤੀਆਂ ਹੀ ਆ ਆ ਲੈਟ w ਬੀ ਦਾ ਡੇਜ਼ ਆਫ ਵੀ ਕੇ ਫਾਈਨਾਈਟ ਹੋਊਗਾ ਇਹਦੇ ਵਿੱਚ 7 ਦਿਨ ਹੋਣਗੇ s ਬੀ ਦਾ ਸੈਟ ਆਫ ਦੇ ਸੋਲੂਸ਼ਨ ਹਾਂ ਇਹਦੇ ਦੋ ਸੋਲੂਸ਼ਨ ਹੋਣਗੇ ਇਹ ਵੀ ਫਾਈਨਾਈਟ ਹੋਊਗਾ ਇੱਕ 4 ਤੇ ਇੱਕ -4 ਠੀਕ ਹੈ ਇਹਨੂੰ ਸੋਲਵ ਕਰ ਲਿਓ 4 ਤੇ -4 ਆਜੂਗਾ ਹਾਂ ਲੈਟ g ਬੀ ਦਾ ਸੈਟ ਆਫ ਪੁਆਇੰਟਸ ਓਨ ਅ ਲਾਈਨ ਦੈਨ g ਇਜ਼ ਇਨਫਾਈਨਾਈਟ हां ए कहता बी ਆਪਣੇ ਕੋਲੇ ਲੈਟ ਜੀ ਵੀ ਦਾ ਸੈਟ ਆਫ ਪੁਆਇੰਟਸ ਹੋਣੇ ਲਾਈਨ ਇਨਫਾਈਨਾਈਟ ਕਿਵੇਂ ਹੋਊਗਾ ਚਲੋ ਇਹਨੂੰ ਮੈਂ ਥੋੜਾ ਜਿਆਦਾ ਨੋਟ ਅਟਰੈਕਟਿਵ ਵੇ ਦੇ ਨਾਲ ਇਹਨੂੰ ਕੋਸ਼ਿਸ਼ ਕਰਦਾ ਵੀ ਆਪਣੇ ਕੋਲੇ ਕੋਈ ਲਾਈਨ ਹੈ ਉਹਦੇ ਤੇ ਪੁਆਇੰਟ ਆ ਜਿਹੜੇ ਉਹਨਾਂ ਦਾ ਸੈਟ ਕੀ ਹੋਊਗਾ ਠੀਕ ਹੈ ਆ ਆ ਐਪ ਓਪਨ ਹੋਲੇ ਜੀਓ ਜੇਬਰਾ ਉਹਨਾਂ ਦੇਰ ਆਪਾਂ ਅੱਗੋਂ ਕੁਝ ਪੜ੍ਹਦੇ ਆ ਕੁਐਸਚਨ ਤੁਹਾਨੂੰ ਐਪ ਓਪਨ ਹੁੰਦੀ ਹੈ ਤੇ ਕਰਵਾਣਾ ਠੀਕ ਹੈ ਤੁਹਾਨੂੰ ਲਾਈਨ ਦੇ ਉੱਪਰ ਦੱਸਣਾ ਕਿਵੇਂ ਇਨਫਾਈਨਾਈਟ ਹੈ ਜਿਹੜੇ ਸੈਟਸ ਹੁੰਦੇ ਆ ਸੋ ਆ ਅੱਗੇ ਐਗਜ਼ਾਮਪਲ ਆ ਗਈਆਂ ਬੱਚੇ ਹੁਣ ਫਾਈਨਾਈਟ ਸੈਟ ਉਹੀ ਜਿੰਦੇ ਵਿੱਚ ਗਿਣਨਯੋਗ ਐਲੀਮੈਂਟ ਹੋਵੇ ਉਹ ਫਾਈਨਾਈਟ ਹੋਗਾ ਜਿਹਨੂੰ ਕਾਊਂਟ ਕਰ ਸਕਦੇ ਹੋ 1 2 3 4 5 ਠੀਕ ਹੈ ਜਿੰਦੇ ਵਿੱਚ ਕਾਊਂਟ ਨਾ ਕਰ ਸਕਦੇ ਹੋਏ ਉਹ ਇਨਫਾਈਨਾਈਟ ਸੈਟ ਹੋ ਗਿਆ ਸਭ ਤੋਂ ਪਹਿਲਾਂ ਆਵਾਂ ਐਕਸ ਨੈਚੁਰਲ ਨੰਬਰ ਹੋਵੇ ਠੀਕ ਹੈ ਤੇ ਇਸ ਇਕੁਏਸ਼ਨਸ ਨੂੰ ਸੈਟੀਸਫਾਈ ਕਰਦਾ ਹੋਵੇ ਸੋ ਪਹਿਲਾਂ ਤਾਂ ਆਪਾਂ ਐਕਸ ਦੀਆਂ ਵੈਲਿਊਜ਼ ਫਾਈਂਡ ਕਰ ਲਾਂਗੇ ਜੇ ਤਾਂ ਉਹ ਨੈਚੁਰਲ ਹੋਈਆਂ ਠੀਕ ਹੈ ਇੱਕ ਉਹਨਾਂ ਨੇ ਆਪਾਂ ਨੂੰ ਕੀ ਦਿੱਤੀ ਇੱਕ x 1 ਦਿੱਤੀ ਹੈ ਇੱਕ ਉਹਨਾਂ ਨੇ x 2 ਦਿੱਤੀ ਹੈ ਇਕਵਲਸ ਟੂ 0 ਇੱਥੋਂ ਆਈਦਰ x ਇਹਨੂੰ ਹੱਲ ਕਿਵੇਂ ਕਰਦੇ ਹੁੰਦੇ ਸੀ ਆਪਾਂ x 1 0 ਆ ਜਾਂ x 2 0 ਆ ਔਰ ਕਹਿ ਲਓ ਇੰਗਲਿਸ਼ ਦੇ ਵਿੱਚ ਸੋ x ਕੀ ਆ ਗਿਆ 1 ਆ ਗਿਆ ਇੱਧਰੋਂ x ਕਿੰਨਾ ਆ ਗਿਆ 2 ਆ ਗਿਆ ਇਹ ਦੋਵੇਂ ਕੀ ਆਪਾਂ ਪੜ੍ਹ ਕੇ ਆਏ ਆ ਇਹ ਦੋਵੇਂ ਕੀ ਆ ਨੇਚਰਲ ਨੰਬਰ ਸੋ ਇਸ ਸੈਟ ਦੀ ਜਿਹੜੀ ਜਾਂ ਇੱਕ ਸੌਖਾ ਜਿਹਾ ਤਰੀਕਾ ਤੁਸੀਂ ਉਹਦੀ ਰੋਸਟਰ ਫਾਰਮ ਬਣਾ ਲਓ ਇਹਦੀ ਰੋਸਟਰ ਫਾਰਮ ਆ ਬਣ ਗਈ 1 ਤੇ 2 ਠੀਕ ਹੈ ਸੋ ਇਹ ਦੋ ਐਲੀਮੈਂਟ ਹੀ ਆਇਆ ਇਹ ਫਾਈਨਾਈਟ ਹੋ ਗਿਆ ਸੋ ਐਵੇਂ ਇਹਦੇ ਵਿੱਚ ਕੀ ਆਏ ਨਾਲ ਤੁਹਾਡੇ ਕੋਲੇ x² 4 ਆ ਹਾਂ ਇਹਨੂੰ ਮੈਂ ਥੋੜਾ ਜਿਹਾ ਹੱਲ ਕਰਕੇ ਦੱਸਦਾ ਤੁਹਾਨੂੰ ਇਹਨੂੰ ਮੈਂ ਥੋੜਾ ਜਿਹਾ x² 4 ਆ ਜਿਵੇਂ ਇਹਨੂੰ ਆਪਾਂ ਹੱਲ ਕਿਵੇਂ ਕਰਨਾ ਆ ਅ x² 4 0 4 ਨੂੰ ਆਪਾਂ ਕੀ ਲਿਖ ਲਈਏ 2 ਲਿਖ ਲਈਏ ਠੀਕ ਹੈ a² b² ਦਾ ਫਾਰਮੂਲਾ ਹੁੰਦਾ ਆਪਣੇ ਕੋਲੇ ए प्लस बी ए स्केर माइनस बी स्केयर ए प्लस बी ए माइनस बी ठीक है ये की फॉर्मूला बन जूगा फिर एक्स माइनस टू एक्स प्लस टू ਇੱਥੋਂ x ਦੀ ਵੈਲਿਊ 1 ਕਿੰਨੀ ਆਜੂਗੀ 2 ਆਜੂਗੀ 1 ਕਿੰਨੀ ਆਜੂਗੀ -2 a ਨੈਚੁਰਲ ਨੰਬਰ ਨਹੀਂ ਹੈਗੀ ਆ ਜਿਹੜੀ which does not belong to natural number ਆ ਨੈਚੁਰਲ ਨੰਬਰ ਨੂੰ ਬਿਲੋਂਗ ਕਰਦੀ ਪਈ ਹੈ ਆ ਜਿਹੜੀ ਠੀਕ ਹੈ ਸੋ ਕਹਿਣ ਦਾ ਮਤਲਬ ਕੀ ਹੈ ਹੁਣ ਆਪਣਾ ਨੈਚੁਰਲ ਨੰਬਰ ਜਿੱਦੇ ਦੇ ਵਿੱਚ ਇੱਕ ਮੈਂਬਰ ਆ ਗਿਆ ਇਹਦੀ ਜਿਹੜੀ ਰੋਸਟਰ ਫਾਰਮ ਬਣੀ ਉਹ ਕੀ ਬਣੀ ਹੈ ਸੈੱਟ ਦੀ ਓਨਲੀ 2 2 ਨਹੀਂ ਲੈਣਾ ਜੇ Z ਲਿਖਿਆ ਹੁੰਦਾ ਉਹਦੇ ਵਿੱਚ ਫਿਰ ਦੋਵੇਂ ਆ ਜਾਣੀਆਂ ਸੀਗੀਆਂ ਠੀਕ ਹੈ ਸੋ ਆਪਣੇ ਕੋਲੇ ਆ ਸੋ ਇਹਦਾ ਅਨਸਰ ਇਹ ਆ ਗਿਆ ਐਵੇਂ 3rd ਕੁਐਸਚਨ ਹੈ ਹੁਣ X ਦੀ ਵੈਲਿਊ ਇੱਥੋਂ ਸਿੰਪਲੀਫਾਈ ਕਰੋਗੇ ਤੁਸੀਂ ਜੇ 2X 1 0 ਹੈ ਇਹਨੂੰ ਆਪਾਂ ਜੇ ਸਿੰਪਲੀਫਾਈ ਕਰੀਏ टू एक्स माइनस वन इक्वल टू जीरो एक्स उन्होंने कहा नैचुरल नंबर लैना आप प्रकृतिक संख्या लैनी है जे य प्रकृतिक आ गई तो रोस्टर्ड फॉर्म च आजूगी वन उधर चला गया प्लस द हो गया दो गुणा में उधर जाके भाग हो गए विच डॉट बिलोंगस टू नैचुरल नंबर सैट ऑफ नैचुरल नंबर देयर फोर देआर फोर अपने को ले की है, ਹਾਂ ਇਹ ਸੈੱਟ ਹੈ ਜਿਹੜਾ ਐਮਪਟੀ ਸੈੱਟ ਬਣ ਜੂਗਾ ਐਮਪਟੀ ਦਾ ਫਾਈਨਾਈਟ ਹੋ ਜੂਗਾ ਸੋ ਐਮਪਟੀ ਆ ਗਿਆ ਇਹ ਇਹ ਫਾਈਨਾਈਟ ਹੋ ਗਿਆ ਕਿਉਂਕਿ ਨੈਚੁਰਲ x1/2 i ਜਿਹੜੀ ਕਿ ਨੈਚੁਰਲ ਨੰਬਰ ਹੈ ਇਹ ਕਹਿੰਦੇ ਫਿਰ ਕੋਈ ਨਹੀਂ ਹੋਣਾ x ਨੈਚੁਰਲ ਹੋਵੇ ਤੇ ਪ੍ਰਾਈਮ ਹੋਵੇ ਹਾਂ ਇਹ ਬਹੁਤ ਸਾਰੇ ਆ ਜਾਣਗੇ ਬੱਚੇ ਆਪਾਂ ਉੱਪਰ ਲਿਖ ਕੇ ਆਏ ਸੀਗੇ ਪ੍ਰਕਿਰਤਿਕ ਸੰਖਿਆ ਹੋਵੇ ਤੇ ਪ੍ਰਾਈਮ ਹੋਵੇ ਆਪਾਂ ਇੱਥੇ ਲਿਖਿਆ ਸੀਗਾ ਹਾਂ ਇਹ ਪ੍ਰਾਈਮ ਨੰਬਰ ਦਾ ਸੈੱਟ ਸੀਗਾ ਆਪਣੇ ਕੋਲੇ 2 3 5 7 ਇਹ ਸਾਰੇ ਨੈਚੁਰਲ ਹੀ ਹੈ ਤੇ ਪ੍ਰਾਈਮ ਵੀ ਹੈ ਸੇ ਬਹੁਤ ਸਾਰੇ ਆ ਇਹ ਇਨਫਾਈਨਾਈਟ ਸੈੱਟ ਹੋ ਜੂਗਾ ਠੀਕ ਹੈ ਅਪਾਜ ਸੰਖਿਆਵਾਂ ਜਿਹਨੂੰ ਆਪ ਪੰਜਾਬੀ ਚ ਕਹਿੰਦੇ ਨੇ ਹਾਂ x ਨੈਚੁਰਲ ਹੋਵੇ ਤੇ ਆਡ ਹੋਵੇ ਠੀਕ ਆ ਸੋ ਇਹਦੇ ਵਿੱਚ ਆਪਣੇ ਕੋਲੇ ਕਿਹੜੇ ਆ ਜਾਣਗੇ ਹਾਂ x ਨੈਚੁਰਲ ਹੋਵੇ ਤੇ ਆਡ ਹੋਵੇ ਹਾਂ ਇਹਦੇ ਵਿੱਚ ਆਪਣੇ ਕੋਲੇ ਮੈਂ ਤੁਹਾਨੂੰ ਵੇਟਾ ਪੈਕਸ اور ਟਾਂਕ ਸੰਖਿਆਵਾਂ ਆਪਾਂ ਪੜੀਆਂ ਹੋਈਆਂ 1 3 5 7 9 11 13 15 17 19 ਇਹ ਸਾਰੀਆਂ ਟਾਂਕ ਸੰਖਿਆਵਾਂ ਹੁੰਦੀਆਂ ਅਤੇ ਜੇ ਆਪਾਂ ਲਿਖਣੀ ਆ ਹੁਣ 1 3 5 7 9 11 1300 ਇਹ ਸਾਰੀਆਂ ਟਾਂਕ ਸੰਖਿਆਵਾਂ ਇਹ ਕਿਹੜਾ ਸੈੱਟ ਬਣ ਜੂਗਾ ਇਹ ਇਨਫਾਈਨਾਈਟ ਸੈੱਟ ਬਣ ਜੂਗਾ ਤੁਹਾਡਾ ਠੀਕ ਹੈ ਜੀ ਅੱਗੇ ਚੱਲਦੇ ਆ ਹਮ ਅੱਗੇ ਆਜੋ ਇਕੁਅਲ ਸੈੱਟਸ ਮੈਂ ਇਕੁਅਲ ਸੈੱਟਸ ਬਾਰੇ ਦੱਸਦਾ ਥੋੜਾ ਜਿਹਾ ਤੁਹਾਨੂੰ ਮੈਂ ਇੱਕ ਆਪਣੀ ਜਿਹੜੀ ਉਹ ਰਹਿ ਗਈ ਸੀਗੀ ਉਹ ਦੇਖ ਲਈਏ ਇੱਕ ਆਪਾਂ ਉੱਪਰ ਕਰਦੇ ਵੇ ਸੀਗੇ ਜੇ ਸਟ੍ਰੇਟ ਲਾਈਨ ਹੈ ਤਾਂ ਉਹਦੇ ਉੱਪਰ ਸੈਟ ਆਫ ਪੁਆਇੰਟਸ ਜਿਹੜਾ ਉਹ ਇਨਫਾਈਨਾਈਟ ਸੈਟ ਆ ਸਮਝਾਦਾ ਆ ਜਿਹੜਾ ਮੈਂ ਹਾਈਲਾਈਟ ਕਰਨ ਲੱਗਾ ਹਾਂ ਹਾਂ ਦੋਵੇਂ ਨੂੰ ਲਾਈਨ ਡਰਾ ਕਰਦੇ ਹਾਂ ਇਹ ਹਾਈਲਾਈਟ ਹੋ ਗਿਆ ਬੱਚਿਆ ਜੀਬ ਦਾ ਸੈਟ ਆਫ 올 ਪੁਆਇੰਟਸ ਹੁਣ ਰਹਿੰਦੇ ਨੇ ਦੈਨ ਜੀ ਇਜ਼ ਇਨਫਾਈਨਾਈਟ ਆਪਾਂ ਇੱਕ ਸਟ੍ਰੇਟ ਲਾਈਨ ਲੈਣੇ ਆ ਹਨ ਮੈਥਿਕ ਸਟ੍ਰੇਟ ਲਾਈਨ ਤੁਸੀਂ 10th ਚ ਪੜ੍ਹੀਆਂ ਹੀ ਆਂ ਸਟ੍ਰੇਟ ਲਾਈਨ ਪੜ੍ਹੀਆਂ ਹੀ ਆਂ ਤੁਸੀਂ 10th ਚ ਨੈਕਸਟ ਸਟ੍ਰੇਟ ਲਾਈਨ ਡਰਾ ਕਰਨ ਲੱਗੇ ਆਂ ਉਹਦੇ ਦੇ ਉੱਪਰ ਤੁਹਾਨੂੰ ਦਿਖਾਉਂਗਾ ਮੈਂ ਕਿਵੇਂ ਬਹੁਤ ਸਾਰੇ ਜਿਹੜੇ ਪੁਆਇੰਟ ਆ ਉਹ ਲਾਈ ਕਰਦੇ ਆ ਇਸ ਕਰਕੇ ਉਹ ਇਨਫਾਈਨਾਈਟ ਸੈੱਟ ਹੁੰਦਾ ਹੈ ਆਪਾਂ ਪੰਚ ਥੋੜਾ ਜਿਹਾ ਓਪਨ ਹੋਣ ਚ ਟਾਈਮ ਲੱਗ ਰਿਹਾ ਹਾਂ ਆ ਆ ਵੀ ਚਲੋ ਆਪਾਂ ਲਾਈਨ ਡਰਾ ਕਰ ਲੈਨੇ ਆ Y ਇਹ ਤੁਸੀਂ ਪੜੀਆਂ ਆਈਆਂ ਬੱਚੇ ਜਾਂ ਇਹਨੂੰ ਦੂਜੇ ਤਰੀਕੇ ਨਾਲ ਲਿਖਣਾ ਤਾਂ ਆਪਾਂ ਇਹ ਲਿਖ ਲੈਨੇ ਆ ਆ X Y 10 ਆ ਬੱਚੇ ਲਾਈਨ ਬਣ ਗਈ ਹੁਣ ਤੁਹਾਡੇ ਇੱਧਰ ਸਟ੍ਰੇਟ ਲਾਈਨ ਬਣ ਗਈ ਏ ਮੈਂ ਥੋੜਾ ਜਿਹਾ ਤੁਹਾਨੂੰ ਇੱਧਰ ক্লোਜ਼ ਕਰਕੇ ਦਿਖਾ ਦਿੰਦਾ ਹਾਂ ਆ ਸਟ੍ਰੇਟ ਲਾਈਨ ਦੇਖ ਰਹੀ ਹੈ ਤੁਹਾਨੂੰ ਬੱਚੇ ਹੁਣ ਇਹਦੇ ਉੱਪਰ ਬੱਚੇ ਬਹੁਤ ਸਾਰੇ ਪੁਆਇੰਟ ਆ ਮੈਂ ਪੁਆਇੰਟ ਮਾਰਕ ਕਰਨਾ ਚਾਹਾਂ ਕਿੰਨੇ ਸਾਰੇ ਪੁਆਇੰਟ ਆ ਇੱਥੇ ਹੁਣ ਮੈਂ ਪੁਆਇੰਟ ਮਾਰ ਕਰਨ ਲੱਗਾ ਥਿਸ ਵਨ ਥਿਸ ਵਨ ਥਿਸ ਵਨ ਥਿਸ ਵਨ ਇਹਦੇ ਉੱਪਰ ਆ ਸਾਰੇ ਪੁਆਇੰਟ ਹੀ ਆ ਜਿੰਨੇ ਮਰਜ਼ੀ ਮਾਰਕ ਕਰੀ ਜਾਵਾਂ ਮੈਂ ਸੋ ਇਹ ਇਹ ਤੁਸੀਂ ਹੁਣ ਇਹਨਾਂ ਨੂੰ ਜੇ ਥੋੜਾ ਮੈਂ ਕਰਾਂ ਇਹ ਲਾਈਨ ਖਤਮ ਨਹੀਂ ਹੁੰਦੀ ਵੀ ਸੋ ਕਿੰਨੇ ਪੁਆਇੰਟ ਇੰਜ ਆ ਜੈਣੇ ਸੋ ਥੇਅਰ ਆਰ ਇਨ ਫਾਈਨਾਈਟ ਪੁਆਇੰਟਸ ਔਨ ਥਿਸ ਲਾਈਨ ਸੋ ਸੈਟ ਆਫ ਪੁਆਇੰਟਸ ਔਨ ਅ ਸਟ੍ਰੇਟ ਲਾਈਨ ਇਜ਼ ਇਨਫਾਈਨਾਈਟ ਸੋ ਕਿੰਨੇ ਆ ਜਾਣੇ ਐ ਐ ਚਲਦਾ ਹੀ ਜਾਣਾ ਪ੍ਰੋਸੈਸ ਇਹਨੂੰ ਜਿੰਨਾ ਮਰਜੀ ਜਿੰਨੇ ਮਰਜੀ ਪੁਆਇੰਟ ਡਰਾ ਕਰੀਏ ਮ ਖਤਮ ਹੀ ਨਹੀਂ ਹੋਣੇ ਲਾਈਨ ਦੇਖੋ ਤੁਸੀਂ ਲਾਈਨ ਖਤਮ ਹੁੰਦੀ ਨਹੀਂ ਭਈ ਪੁਆਇੰਟ ਕਿੱਥੋਂ ਖਤਮ ਹੋਣਗੇ ਫਿਰ ਠੀਕ ਹੈ ਲਾਈਨ ਵੇਖੋ ਹੁਣ ਪੁਆਇੰਟ ਇਧਰ ਵੱਡੇ ਹੋਈ ਜਾਂਦੇ ਆ ਸੋ ਇੱਥੋਂ ਆਪਾਂ ਨੂੰ ਕੀ ਪਤਾ ਚਲਦਾ ਵੀ ਜਿਹੜੇ ਅ ਪੁਆਇੰਟਸ ਆ ਲਾਈਨ ਦੇ ਉੱਪਰ ਉਹ ਇਨਫਾਈਨਾਈਟ ਹੁੰਦੇ ਆ ਇਸ ਕਰਕੇ ਜਿਹੜੇ ਸੋਲੂਸ਼ਨ ਵੀ ਆ ਕਿਸੇ ਸਟ੍ਰੇਟ ਲਾਈਨ ਦੇ ਉਹ ਇਨਫਾਈਨਾਈਟ ਹੁੰਦੇ ਆ ਚਲੋ ਅੱਗੇ ਚੱਲਦੇ ਆਪਾਂ ਹੁਣ ਆ ਆਪਾਂ ਕਰ ਰਹੇ ਸੀਗੇ ਇਨਫਾਈਨਾਈਟ ਸੈਟਲਰ ਕੁਐਸਚਨ ਹੂੰ ਹਾਂਜੀ ਇਹ ਆਪਣਾ ਹੁਣ ਓਪਨ ਹੋ ਗਈ ਐਕਸਰਸਾਈਜ਼ ਹਾਂ ਅਗਾਂ ਐਕਸਰਸਾਈਜ਼ 'ਚ ਚੱਲਦੇ ਆਪਾਂ ਬੱਚੇ ਸੋ ਇਕੁਅਲ ਸੈੱਟ ਦੀ ਡੈਫੀਨੇਸ਼ਨ ਕੀ ਹੁੰਦੀ ਆ ਜਿਵੇਂ ਮੰਨ ਲਓ ਆ ਇਹ ਇੱਕ ਆਪ ਹੈ ਤਾਂ ਮੈਂ ਇਹ ਡੈਫੀਨੇਸ਼ਨ ਤੁਹਾਡੇ ਉੱਪਰ ਵੀ 기ਵਨ ਹੈ ਇੱਥੇ ਟੂ ਸੈਟਸ A ਐਂਡ B ਆਰ ਸੈਟ ਟੂ ਬੀ ਇਕੁਅਲ ਇਫ ਦੇ ਹੈਵ ਐਗਜੈਕਟਲੀ ਦਾ ਸੇਮ ਐਲੀਮੈਂਟਸ ਐਂਡ ਵੀ ਰਾਈਟ A B ਅਦਰਵਾਈਜ਼ ਦਾ ਸੈਟਸ ਆਰ ਸੈਟ ਟੂ ਬੀ ਅਨ ਇਕੁਅਲ ਠੀਕ ਹੈ ਸੋ ਇੱਕ ਤਾਂ ਉਹਨਾਂ ਦੇ ਐਲੀਮੈਂਟ ਸੇਮ ਹੋਣ ਤੇ ਇੱਕ ਤਾਂ ਕਾਊਂਟਿੰਗ ਸੇਮ ਹੋਵੇ ਤੇ ਇੱਕੋ ਹੀ ਹੋਣ ਪਰ ਆਰਡਰ ਨਹੀਂ ਮੈਟਰ ਕਰਦਾ ਅੱਗੇ ਪਿੱਛੇ ਹੋ ਸਕਦੇ ਆ ਉਹ ਠੀਕ ਹੈ ਅੱਗੇ ਪਿੱਛੇ ਹੋ ਸਕਦੇ ਆ ਜਿਵੇਂ ਆਹ A ਸੈਟ 기ਵਨ ਆ ਹੁਣ 1 2 3 4 ਆ ਠੀਕ ਹੈ A ਸੈਟ ਹੈ ਜਿਹੜਾ ਉਹ 1 2 3 4 ਬੀ ਸੈਟ 3 1 4 3 1 4 2 ਹੁਣ ਇਧਰ ਦੇਖੋ 1 ਇੱਥੇ ਪਿਆ 1 ਚਾਰ ਹੀ ਐਲੀਮੈਂਟ ਇਧਰ ਆ ਚਾਰ ਹੀ ਇਧਰ ਐ ਇਧਰ ਵੀ 1 ਪਿਆ 2 ਪਿਆ ਬਾਕੀ ਸੇਮ ਹੀ ਆ ਆਰਡਰ ਨਹੀਂ ਮੈਟਰ ਕਰਦਾ ਉਹ ਅੱਗੇ ਪਿੱਛੇ ਹੋ ਸਕਦੇ ਆ ਠੀਕ ਐ ਸੋ ਜਿਵੇਂ ਆ 1 2 3 ਐ 2 2 1 ਇਹ ਦੋਵੇਂ ਇਕੁਅਲ ਆ ਕਿਉਂਕਿ ਰੈਪੀਟੇਸ਼ਨ ਅਲਾਉਡ ਨਹੀਂ ਬੀ ਨੂੰ ਆਪਾਂ ਕਿਵੇਂ ਲਿਖ ਸਕਦੇ ਆ ਇੱਥੇ ਆ ਜਿਹੜਾ ਬੀ ਆਇਆ ਵੈ ਇਹ ਬੀ ਨੂੰ ਆਪਾਂ ਕਿਵੇਂ ਲਿਖ ਸਕਦੇ ਆ 20 ਟਾ ਤੁਹਾਡੇ ਕੋਲੇ 2 ਆ ਜਿਹੜਾ 2 ਵਾਰ ਹੀ ਆਇਆ ਸੀ 1 ਇੱਕ ਵਾਰ ਹੀ ਸੀ 3 ਕਿੰਨੀ ਵਾਰੀ ਸੀ ਜਿੰਨੀ ਵਾਰੀ ਵੀ ਮਰਜ਼ੀ ਆ ਨੂੰ ਇੱਕ ਵਾਰੀ ਲਿਖ ਸਕਦੇ ਆ ਤੇ ਇਹਨਾਂ ਨੂੰ ਅੱਗੇ ਪਿੱਛੇ ਕਰਕੇ ਜਿਵੇਂ ਮਰਜ਼ੀ ਲਿਖ ਲਈਏ ਕੋਈ ਫਰਕ ਨਹੀਂ ਤੇ A ਸੈੱਟ ਵੀ ਕੀ ਹੈ ਦਿੱਤਾ ਹੈ ਤੁਹਾਨੂੰ 1 2 3 ਦਿੱਤਾ ਹੈ ਇਹਦਾ ਮਤਲਬ ਦੋਵੇਂ ਕੀ ਆ ਗਏ ਫਿਰ ਇਕੁਅਲ ਹੀ ਆ ਗਏ ਸੋ ਇਹ ਆਪਾਂ ਇਸ ਤਰ੍ਹਾਂ ਕਰਨਾ ਸੀ ਸੋ 2 ਦੋ ਵਾਰ ਹੀ ਆਇਆ ਨੂੰ ਇੱਕ ਵਾਰੀ ਲਿਖਣਾ ਹੁੰਦਾ ਹੈ ਸੋ ਫਾਈਂਡ ਦੀ ਪੇਅਰ ਆਫ ਇਕੁਅਲ ਸੈਟਸ ਐਵੇਂ ਤੁਸੀਂ ਤੁਸੀਂ ਸਿੰਪਲ ਜੀ ਗੱਲ ਆ ਬੱਚੇ ਤੁਸੀਂ ਇਹਨਾਂ ਸੈਟਸ ਦੀ ਰੋਸਟਰ ਫਾਰਮ ਬਣਾ ਲਓ ਤੇ ਵੇਖ ਲਓ ਇਹ ਸੈਟ ਇਕੁਅਲ ਹੈਗੇ ਆ ਕਿ ਨਹੀਂ ਹੈਗੇ ਠੀਕ ਹੈ ਹੁਣ ਅੱਗੇ ਐਕਸਰਸਾਈਜ਼ ਆ 1.2 ਸੋ ਇਹ ਤੁਸੀਂ ਤੁਹਾਡਾ ਹੋਮਵਰਕ ਆ ਮੈਂ ਥੋੜਾ ਜਾਂ ਤੁਹਾਨੂੰ ਇਹ ਦੱਸ ਦੇਣਾ ਕਿਵੇਂ ਕਰਨੇ ਆ ਸਵਾਲ ਆ ਆਹ ਦੇਖ ਲਓ ਪਹਿਲਾ ਕੁਐਸਚਨ ਕੀ ਹੈ ਤੁਹਾਡੇ ਕੋਲੇ ਪਹਿਲਾ ਕੁਐਸਚਨ ਹੈਗਾ ਤੁਹਾਡੇ ਕੋਲੇ ਅ ਵਿਚ ਆਫ ਦਾ ਫੋਲੋਇੰਗ ਆਰ ਐਗਜ਼ਾਮਪਲ ਆਫ ਨਲ ਸੈਟ ਤੁਸੀਂ ਇਹਨਾਂ ਦੀ ਰੋਸਟਰ ਫਾਰਮ ਬਣਾ ਲਓ ਠੀਕ ਆ ਰੋਸਟਰ ਫਾਰਮ ਤੋਂ ਤੁਹਾਨੂੰ ਪਤਾ ਲੱਗ ਜਾਊਗਾ ਹੁਣ ਜਿਵੇਂ ਸੈਟ ਆਫ ਆਡ ਨੈਚੁਰਲ ਨੰਬਰ ਆਹ ਕੁਐਸਚਨ ਕਰਾਉਣ ਜਾ ਰਿਹਾ ਮੈਂ ਸੈਟ ਆਫ ਆਡ ਨੈਚੁਰਲ ਨੰਬਰ ਡਿਵੀਜ਼ੀਬਲ ਬਾਈ 2 ਇਹੋ ਜਿਹੇ ਬੱਚੇ ਕੋਈ ਵੀ ਨਹੀਂ ਹੋਣਾ ਠੀਕ ਹੈ ਨਾ ਸੈਟ ਆਫ ਆਡ ਨੈਚੁਰਲ ਨੰਬਰ ਹੋਵੇ ਆਡ ਨੈਚੁਰਲ ਨੰਬਰ ਕਿਹੜੇ ਹੋਣਗੇ 1 3 5 ਆਪਾਂ ਉੱਪਰ ਵੀ ਲਿਖ ਕੇ ਆਏ ਆ ਇਹ ਆ ਔਰ ਨੇਚੁਰਲ ਆ ਸਾਰੇ ਜਿਹੜੇ 2 ਦੇ ਵੰਡੇ ਜਾਂਦੇ ਹੁਣ ਇਹੋ ਜਿਹਾ ਕੋਈ ਵੀ ਟਾਂਕ ਸੰਖਿਆ ਨਹੀਂ ਹੈਗੀ ਜਿਹੜੀ 2 ਦੇ ਭਾੜੇ ਤੇ ਵੰਡੀ ਜਾਂਦੀ ਹੋਵੇ ਇਸ ਕਰਕੇ ਇਹ ਸੈੱਟ ਕੀ ਹੈ ਐਮਪਟੀ ਸੈੱਟ ਆ ਜਾਣਾ ਠੀਕ ਹੈ ਸੋ ਆ ਮੈਂ ਜਿਹੜਾ ਸੋਲੂਸ਼ਨ ਆ ਤੁਹਾਨੂੰ ਦਿਖਾ ਦਿੰਨਾ ਸੋ ਆ ਜਿਹੜਾ ਫਰਸਟ ਕੁਐਸਚਨ ਆ ਉਹਦਾ ਸੋਲੂਸ਼ਨ ਆ ਇਹ ਤੁਸੀਂ ਇਹ ਇੱਥੋਂ ਦੇਖ ਲਿਓ ਸਟਾਪ ਪਾਜ਼ ਕਰਕੇ ਵੀਡੀਓ ਠੀਕ ਹੈ ਅੱਗੇ 8th ਕੁਐਸਚਨ ਆ ਏ ਫਾਈਨਾਈਟ ਤੇ ਇਨਫਾਈਨਾਈਟ ਦੱਸਣਾ ਏ ਸਿੰਪਲ ਜਿਹਾ ਮੈਂ ਕਰਵਾ ਹੀ ਦਿਨਾ ਸੈਟ ਆਫ ਮੰਥਸ ਆਫ ਅイヤー ਹਾਂ 12 ਮਹੀਨੇ ਹੁੰਦੇ ਆ ਫਾਈਨਾਈਟ ਆ ਆ ਨੈਚੁਰਲ ਨੰਬਰ ਦਾ ਸੈਟ ਆ ਇਨਫਾਈਨਾਈਟ ਆਂ ਦੇ ਵਿੱਚ ਅਣਗਿਣਿਆ ਦਾ ਏ 1 ਤੋਂ 100 ਤੱਕ ਆ ਇਹ ਵੀ ਫਾਈਨਾਈਟ ਆ ਆਪਾਂ ਗਿਣ ਸਕਦੇ ਆ ਸੈਟ ਆਫ ਪੋਜ਼ਿਟਿਵ ਟੀਜ਼ਰ ਗ੍ਰੇਟਰ ਦੈਨ 100 ਏ ਇਨਫਾਈਨਾਈਟ ਆ 100 ਤੋਂ ਜ਼ਿਆਦਾ ਜਿਹੜੀਆਂ ਤਨਾਤਮਕ ਸੰਪੂਰਨ ਸੰਖਿਆਵਾਂ ਬਹੁਤ ਸਾਰੀਆਂ ਹੁੰਦੀਆਂ ਅੱਗੇ ਸੈਟ ਆਫ ਪ੍ਰਾਈਮ ਨੰਬਰਸ ਲੈਸ ਦੈਨ 99 ਹਾਂ ਏ ਫਾਈਨਾਈਟ ਆ ਜਾਊਗਾ ਠੀਕ ਆ ਇਹ ਆਪਾਂ ਕਾਊਂਟ ਕਰ ਸਕਦੇ ਆ ਅਗਲਾ ਕੁਐ ਸਟੇਟ ਵੈਦਰ ਈਚ ਆਫ ਦਾ ਫੋਲੋਇੰਗ ਇਜ਼ ਫਾਈਨਾਈਟ ਹਾਂ ਇਹ ਦੱਸਣਾ ਮੈਂ ਫਾਈਨਾਈਟ ਹੈ કે ਇਨਫਾਈਨਾਈਟ ਹੈ ਸੈਟ ਆਫ ਲਾਈਨਸ ਵਿਚ ਆਰ ਪੈਰਲਰ ਟੂ ਐਕਸ ਐਕਸਿਸ ਹਾਂ ਇਹ ਬੱਚੇ ਇਨਫਾਈਨਾਈਟ ਹੋਊਗਾ ਕਿਉਂ ਇਹ ਮੈਂ ਕਰਕੇ ਦੱਸਦਾ ਤੁਹਾਨੂੰ ਅਹ ਇਹਦੀ ਆਪਾਂ ਐਕਟੀਵਿਟੀ ਕਰਕੇ ਦੇਖ ਲੈਨੇ ਆ ਐਕਸ ਤੁਰੇ ਦੇ ਸਮਾਂਤਰ ਜਿਹੜੀਆਂ ਰਖਾਵਾਂ ਦਾ ਸਮੂਹ ਹੈ ਉਹ ਕੀ ਹੋਊਗਾ ਫਾਈਨਾਈਟ ਹੋਊਗਾ ਕਿ ਇਨਫਾਈਨਾਈਟ ਹੋਊਗਾ ਇਹਦੇ ਆਪਾਂ ਐਕਟੀਵਿਟੀ ਕਰਦੇ ਆ ਇੱਕ ਸਿੰਪਲ ਜੀ ਉਹ ਐਪ ਓਪਨ ਹੁੰਦੀ ਆ ਉਹਨੇ ਦੇਰ ਆਪਾਂ ਅਗਲਾ ਕੁਐਸਚਨ ਕਰਦੇ ਹਾਂ ਸੈੱਟ ਆਫ ਲੈਟਰਜ਼ ਜਿੰਦੀ ਇੰਗਲਿਸ਼ ਅਲਫਾਬੈਟ ਏ ਫਾਈਨਾਈਟ ਹੈ ਠੀਕ ਹੈ 26 ਹੁੰਦੇ ਆਪਾਂ ਨੂੰ ਪਤਾ ਸੈੱਟ ਆਫ ਨੰਬਰਸ ਵਿਚ ਆਰ ਮਲਟੀਪਲ ਆਫ 5 ਪੰਜ ਦੇ ਪਹਾੜੇ ਵਾਲੀਆਂ ਰਕਮਾਂ ਠੀਕ ਹੈ 5 5 10 15 ਇਹ ਬਹੁਤ ਸਾਰੀਆਂ ਆ ਜਾਣਗੀਆਂ ਅਣਗਿਣਤ ਆ ਜਾਣਗੀਆਂ ਇਹ ਇਨਫਾਈਨਾਈਟ ਆ ਜਾਣਗੀਆਂ ਸੈੱਟ ਆਫ ਐਲੀਮੈਂਟਸ ਐਨੀਮਲਸ ਲਿਵਿੰਗ ਔਨ ਅਰਥ ਬੱਚੇ ਇਹ ਫਾਈਨਾਈਟ ਹੋਊਗਾ ਠੀਕ ਹੈ ਨਾ ਆਹ ਦੇਖ ਲਓ ਮੈਂ ਹਾਈਲਾਈਟ ਕਰ ਦੇਣਾ ਦਾ ਆਨਸਰ ਇਹ ਕਿਉਂ ਹੋਊਗਾ ਬਿਕੋਜ਼ ਦਾ ਨੰਬਰ ਆਫ ਐਨੀਮਲਸ ਲਿਵਿੰਗ ਔਨ ਦ ਅਰਥ ਇਜ਼ ਫਾਈਨਾਈਟ ਆਲਰੋਟ ਇਜ਼ ਕੁਆਇਟ ਅ ਬਿਗ ਨੰਬਰ ਇਹ ਹੋ ਸਕਦਾ ਵੀ ਬਹੁਤ ਜ਼ਿਆਦਾ ਹੈ ਠੀਕ ਹੈ ਪਰ ਇਹ ਫਾਈਨਾਈਟ ਜਿਵੇਂ ਆਪਾਂ ਆਦਮੀਆਂ ਦੀ ਗੱਲ ਕੀਤੀ ਨੰਬਰ ਆਫ ਹਿਊਮਨ ਬੀਇੰਗਸ ਲਿਵਿੰਗ ਔਨ ਦ ਵਰਲਡ ਇਹ ਵੀ ਫਾਈਨਾਈਟ ਹੀ ਹੋਊਗਾ ਠੀਕ ਹੈ ਉਹ ਇਹ ਜ਼ਰੂਰ ਜਨਸੰਖਿਆ ਜ਼ਰੂਰ ਜ਼ਿਆਦਾ ਸੋ ਬਟ ਇਹ ਕਾਊਂਟ ਹੈ ਜਿਵੇਂ ਆਪਾਂ ਮਰਦਮਸ਼ੁਮਾਰੀ ਹੁੰਦੀ ਹੈ ਭਾਰਤ ਦੇ ਵਿੱਚ ਵੀ ਠੀਕ ਹੈ ਸੈਂਸਸ ਉਹਨਾਂ ਦੇ ਵਿੱਚ ਕਾਊਂਟਿੰਗ ਹੁੰਦੀ ਹੈ ਕੱਲੇ-ਕੱਲੇ ਆਦਮੀ ਦੀ ਸੋ ਇਹ ਹੁੰਦੀ ਐਗਜ਼ਾਮਪਲ ਆ ਹਾਂ ਸੈਟ ਆਫ ਸਰਕਲ ਪਾਸਿੰਗ ਥਰ 0 0 ਹਾਂ ਇਹ ਦੋਵੇਂ ਐਕਟੀਵਿਟੀਆਂ ਬੱਚੇ ਆਪਾਂ ਕਰਦੇ ਆਂ ਹਾਂ ਇਨਫਾਈਨਾਈਟ ਹੋਣਗੇ ਇਹ ਆਪਾਂ ਕਰਕੇ ਦੇਖਨੇ ਐਕਟੀਵਿਟੀ ਇਹ ਹਾਂ ਇੱਕ ਮਿੰਟ ਐਪ ਓਪਨ ਹੋਲੇ ਇੱਕ ਤਾਂ ਆਪਾਂ ਐਕਟੀਵਿਟੀ ਜਿਹੜੀ ਉਸ ਜੀਓਜੈਬਰਾ ਐਪ ਤੇ ਕਰਨੀ ਸੀਗੀ ਹਾਂ ਐਕਸ ਐਕਸਿਸ ਦੇ ਪੈਰਲਰ ਕਿੰਨੀਆਂ ਲਾਈਨਸ ਹੋਣਗੀਆਂ ਬਹੁਤ ਸਾਰੀਆਂ ਹੋਣਗੀਆਂ ਐਕਸ ਐਕਸਿਸ ਦੇ ਪੈਰਲਰ ਤੇ ਜਿਹੜਾ ਵੀ ਉਹਨਾਂ ਚੱਕਰਾਂ ਦਾ ਸਮੂਹ ਜਿਹੜੇ ਮੂਲ ਬਿੰਦੂ ਦੇ ਵਿੱਚੋਂ ਜਿਹੜੇ ਪਾਸ ਕਰ ਰਹੇ ਹੋਣ ਹਾਂ ਹੁਣ ਆਪਾਂ ਇੱਥੇ ਪਹਿਲਾਂ ਤਾਂ ਉਹ ਐਕਸ ਐਕਸਿਸ ਦੇ ਪੈਰਲਲ ਆ ਜਿਹੜੀ ਹਾਰੀਜ਼ਨਟਲ ਲਾਈਨ ਹੈ ਐਕਸ ਐਕਸਿਸ ਹੁੰਦੀ ਹੈ ਇਹ ਵਾਈ ਐਕਸਿਸ ਹੁੰਦੀ ਹੈ ਇਹ ਤੁਹਾਨੂੰ ਪਤਾ ਹੀ ਹੈ ਠੀਕ ਹੈ ਸੋ x ਐਕਸਿਸ ਦੇ ਪੈਰਲਲ ਮੈਂ ਤੁਹਾਨੂੰ ਲਾਈਨ ਡਰਾ ਕਰਕੇ ਹੋਣਾ y 0 ਚੇ ਕਾ ਬਣ ਗਈ y 2 ਆ ਬਣ ਗਈ y 3 y 8 y 10 वाईज टू माइनस टू हम देख सकते हो आप ही खुद ही सो एवें अपा ਕਿੰਨੀਆਂ ਹੀ ਪੈਰਲਲ ਲਾਈਨਸ ਆ ਜਿਹੜੀਆਂ ਕੀ ਆ ਡਰਾ ਕਰ ਸਕਦੇ ਆ ਸੋ ਇਹ ਬੜੀਆਂ ਲਾਈਨਸ ਬੱਚੇ ਡਰਾ ਹੋ ਸਕਦੀਆਂ ਇੰਝ ਸੋ ਐਂ ਦੇ ਐਕਸ ਐਕਸਿਸ ਦੇ ਪੈਰਲਲ ਆ ਦੇਖੋ ਉੱਪਰ ਕਿੰਨੀਆਂ ਸਪੇਸ ਪਈ ਆ ਉੱਪਰ ਠੀਕ ਆ ਸੋ ਜਿੰਨੀਆਂ ਮਰਜ਼ੀ ਲਾਈਨਾਂ ਡਰਾ ਕਰ ਲੋ ਕਾ ਅਨ ਕਾਊਂਟੇਬਲ ਸੋ ਇਹ ਕੁਐਸਚਨ ਐਸ ਤਰ੍ਹਾਂ ਕਰਨਾ ਸੀ ਅੱਗੇ ਗੱਲ ਆ ਗਈ ਜਿਹੜਾ ਆਪਾਂ ਸਰਕਲ ਵਾਲਾ ਕੁਐਸਚਨ ਵੀ ਜਿਹੜਾ ਅੱਗੇ ਕੁਐਸਚਨ ਆ ਗਿਆ ਆਪਣੇ ਕੋਲੇ ਸਰਕਲ ਵੀ origin ਦੇ ਵਿੱਚੋਂ ਪਾਸ ਕਰਦੇ ਹੋਏ ਕਿੰਨੇ ਸਰਕਲ ਆਪਾਂ ਡਰਾ ਕਰ ਸਕਦੇ ਹਾਂ ਚਲੋ ਪਹਿਲਾਂ ਤਾਂ ਆਪਾਂ origin 'ਚ ਪਾਸ ਕਰਾਣਾ ਆ origin ਤੇ ਮੈਂ ਪੁਆਇੰਟ ਮਾਰਕ ਕਰ ਲਿਆ ਆਪਾਂ ਸਰਕਲ ਡਰਾ ਕਰਨਾ सर्कल uh, सर्कल uh, आप तो चूज करा सर्कल circle here is circle basic tools ਆ ਬਾਕੀ ਟੂਲ ਵੀ ਇੱਥੋਂ ਲੱਭੀਏ ਸ਼ੋ ਆਹ ਸਰਕਲ ਵਾਲਾ ਟੂਲ ਇੱਥੇ ਫਾਈਂਡ ਕਰਨਾ ਪੈਣਾ ਮੈਂ ਲੈਟ ਮੀ ਚੈੱਕ ਵੇਟ ਬੱਚੇ ਮੈਨੂੰ ਦੇਖ ਲੈਣ ਦਿਓ ਕਿੱਥੇ ਟੂਲ ਪਿਆ ਹੋ ਇੱਥੇ ਦੇਖ ਨਹੀਂ ਰਿਹਾ ਆਪਣੇ ਲਈ ਬੇਸਿਕ ਟੂਲ ਆ ਚੀਜ਼ਾਂ ਦੇ ਵਿੱਚ ਨਾ ਹੋਰ ਫਰਦਰ ਵੀ ਐਪ ਹੁੰਦੀਆਂ ਇਹ ਤਾਂ ਬੇਸਿਕ ਸੀਗਾ ਜੀਓ ਜੈਬਰਗਾ ਜੇ ਆਪਾਂ ਸਰਕਲ ਡਰਾ ਕਰਨਾ ਹੈ ਤਾਂ ਇਸੇ ਵੱਖਰੀ ਐਪ ਓਪਨ ਕਰਨੀ ਪੈਂਦੀ ਆ ਉਹ ਹੁਣ ਇੱਥੇ ਜਿਵੇਂ ਦੇਖੋ ਓਪਨ ਹੋ ਰਹੀ ਆ ਆ ਇਹ ਇਹਦੇ ਵਿੱਚ ਵੱਖਰੀ ਐਪ ਓਪਨ ਹੁੰਦੀ ਆ ਠੀਕ ਆ ਆ ਓਪਨ ਹੋ ਗਈ ਹੁਣ ਮੈਂ ਤੁਹਾਨੂੰ ਇੱਥੇ ਪ੍ਰੂਵ ਕਰਕੇ ਦਿਖਾਉਂਗਾ ਵੀ origin ਦੇ ਵਿੱਚੋਂ ਆਪਾਂ ਜਿਹੜੇ ਪਾਸ ਕਰਦੇ ਹੋਏ ਇਨਫਾਈਨਾਈਟ ਸਰਕਲ ਹੈ ਜਿਹੜੇ ਉਹ ਡਰਾ ਕਰ ਸਕਦੇ ਆ ਹਾਂ ਇਹ ਬੱਚੇ ਆ ਗਿਆ ਹਾਂ ਹੁਣ ਆਪਾਂ ਸਰਕਲ ਡਰਾ ਕਰਨ ਲੱਗੇ ਪਹਿਲਾਂ ਇੱਕ ਪੁਆਇੰਟ ਲੈ ਲਈਏ ਆ ਮੈਂ ਸਰਕਲ ਵਿਦ ਸੈਂਟਰ ਅ ਕੰਸਟਰਕਟ ਵਿਦ ਸੈਂਟਰ ਰੇਡੀਅਸ ਪੁਆਇੰਟ ਚਲੋ ਆਪਾਂ ਇੱਕ ਆ ਬੱਚੇ ਸਰਕਲ ਇੱਕ ਆ ਬਣ ਗਿਆ ਆ ਇੱਕ ਮੈਂ ਇੱਥੇ ਲੈ ਲਿਆ ਇੱਕ ਆ ਬਣ ਗਿਆ ਠੀਕ ਹੈ ਇੱਕ ਮੈਂ ਆ ਲੈ ਲਿਆ ਆ ਬਣ ਗਿਆ ਤੁਸੀਂ ਦੇਖ ਸਕਦੇ ਹੋ ਹੁਣ ਮੈਂ ਇਹਨੂੰ ਥੋੜਾ ਜਆ ਜ਼ੂਮ ਕਰਕੇ ਦਿਖਾ ਦਾਂ ਤੁਹਾਨੂੰ ਹਾਂ ਇੱਧਰ ਵੀ ਡਰਾ ਕਰ ਸਕਦੇ ਆਪਾਂ ਆ ਦੇਖੋ origin ਚ ਪਾਸ ਕਰਦੇ ਹੋਏ ਆਪਾਂ ਇੱਧਰ ਵੀ ਡਰਾ ਕਰ ਸਕਦੇ ਆ ਇੱਧਰ ਵੀ ਡਰਾ ਕਰ ਸਕਦੇ ਆ ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਕਿੰਨੇ ਸਰਕਲ ਡਰਾ ਕੀਤੇ ਜਾ ਸਕਦੇ ਆ ਇੱਧਰ ਨੀਚੇ ਵੀ ਕਰ ਸਕਦੇ ਆ ਜਿਹੜੇ ਹਰੀਜ਼ਨ ਚੋਂ ਇਹ ਓਵੇਂ ਪੋਸੀਬਲ ਨਹੀਂ ਬੱਚੇ ਆਪਾਂ ਜੇ ਓਵੇਂ ਨੋਟਬੁੱਕ ਤੇ ਬਣਾਉਣੇ ਹੁਣ ਠੀਕ ਆ ਤੁਸੀਂ ਦੇਖੋ ਵੀ ਹੁਣ ਆਹਾ ਇਹ ਸਾਰੇ ਕਿੰਦੇ ਵਿੱਚੋਂ ਪਾਸ ਕਰ ਰਹੇ ਆ ਜਿੰਨੇ ਵੀ ਸਰਕਲ ਮੈਂ ਡਰਾ ਕੀਤੇ ਆ this point ਕਿਹੜਾ ਪੁਆਇੰਟ ਆਪਣੇ ਕੋਲੇ ਇਹ ਇਹਨੂੰ ਮੈਂ ਜੇ ਤੁਹਾਨੂੰ ਦਿਖਾਵਾਂ ਇਹਦੀ ਵੈਲੀ ਦਿਖਾਵਾਂ ਇਹ ਕਿਹੜਾ ਪੁਆਇੰਟ ਆਪਣੇ ਕੋਲੇ ਇਟ ਇਜ਼ 0 0 a ਪੁਆਇੰਟ ਇਹ ਸਾਰੇ ਸਰਕਲ a ਪੁਆਇੰਟ ਚੋਂ ਪਾਸ ਕਰ ਰਹੇ ਠੀਕ ਹੈ ਸੋ ਕਹਿਣ ਦਾ ਮਤਲਬ ਕੀ ਹੈ ਆਪਾਂ ਇਨਫਾਈਨਾਈਟ ਸਰਕਲ ਡਰਾ ਕਰ ਸਕਦੇ ਹਾਂ ਠੀਕ ਹੈ ਸੋ ਇਹ ਆਪਣਾ ਇਹ ਕੁਐਸਚਨ ਸੀ ਸੋ ਅੱਜ ਲਈ ਇੰਨਾ ਹੀ ਹੋਪ ਹੈ ਤੁਹਾਨੂੰ ਇਹ ਲੈਕਚਰ ਵਧੀਆ ਲੱਗਿਆ ਹੋਊਗਾ ਜਿਹੜੇ ਬੱਚਿਆਂ ਨੇ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਉਹ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੁਹਾਡੇ ਨਾਲ ਦੇ ਜਿਹੜੇ ਬੱਚੇ ਪਲੱਸ 1 ਦੇ ਵਿੱਚ ਹੈਗੇ ਆ ਹੋਰ ਤੁਸੀਂ ਕਿਸੇ ਹੋਰ ਸਕੂਲ ਤੇ ਆਏ ਤੋਂ ਆਏ ਹੋ ਉਹ ਜਿਨ੍ਹਾਂ ਨੇ ਪਲੱਸ 1 ਨਾਨ ਮੈਡੀਕਲ ਹੋਰ ਕਿਸੇ ਸਕੂਲ ਐਡਮਿਸ਼ਨ ਲਈ ਹੈ ਜਿਉਂ ਉਹਨਾਂ ਨੇ ਜੇ ਮੈਥ ਦੀ ਕਲਾਸ ਨਹੀਂ ਸਟਾਰਟ ਕੀਤੀ ਉਹ ਮੇਰੇ ਚੈਨਲ ਤੋਂ ਜਿਹੜੀ ਮੈਥ ਦੀ ਕਲਾਸ ਉਹ ਸਟਾਰਟ ਕਰ ਸਕਦੇ ਆ ਮੈਂ ਤੁਹਾਨੂੰ ਥੋੜੇ ਜਿਹੇ ਜਿਹੜੇ ਆਨਸਰ ਆ ਉਹ ਵੀ ਦਿਖਾਦਾ ਤਾਂਕਿ ਸੋ ਇਹ ਤੁਹਾਨੂੰ ਈਜ਼ੀ ਹੋ ਜੇ ਸੋਲਵ ਕਰਨੇ ਕੁਐਸਚਨ ਆ ਅਗਲਾ ਨੈਕਸਟ ਕੁਐਸਚਨ ਸੀਗਾ ਇਹਨਾਂ ਵਿੱਚ ਏ ਤੇ ਬੀ ਸੈਟ ਆਪਾਂ ਇਕੁਅਲ ਦੱਸਣੇ ਸੀਗੇ ਠੀਕ ਹੈ ਇਹ ਤੁਹਾਡੇ ਸਾਹਮਣੇ ਡਿਸਪਲੇ ਹੋ ਰਿਹਾ ਏ ਸੈਟ ਹੈ ਤੇ ਬੀ ਹੈ ਏ ਬੀ ਸੀ ਡੀ ਇਹ ਡੀ ਸੀ ਬੀ ਇੱਕੋ ਹੀ ਗੱਲ ਹੈ ਠੀਕ ਹੈ ਇਹਨਾਂ ਦੇ ਆਨਸਰ ਆ ਪਏ ਆ ਤੁਸੀਂ ਪਾਜ਼ ਕਰਕੇ ਜਿਹੜੇ ਇਹਨਾਂ ਦੇ ਆਨਸਰ ਉਹ ਦੇਖ ਸਕਦੇ ਹੋ ਜਿਹੜੇ ਬੱਚਿਆਂ ਕੋਲੇ ਜਿਹੜਾ ਫਰਸਟ ਚੈਪਟਰ ਨਹੀਂ ਹੈਗਾ ਉਹ ਮੇਰੇ ਤੋਂ ਮੰਗਵਾ ਸਕਦੇ ਆ ਠੀਕ ਹੈ ਮੈਨੂੰ ਵਟਸਐਪ ਤੇ ਉਹ ਮੈਸੇਜ ਕਰ ਦਿਓ ਤੁਹਾਨੂੰ ਮੈਂ ਉਹ ਜਿਹੜਾ ਪੀਡੀਐਫ ਆ ਫਰਸਟ ਚੈਪਟਰ ਦੀ ਉਹ ਸੈਂਡ ਕਰ ਦੂੰਗਾ ਇਹ ਮੈਨੂੰ ਲੱਗਦਾ ਤੁਹਾਡੀ ਜਿਹੜੀ ਐਕਸਰਸਾਈਜ਼ ਐ 1.2 ਇਹਦੇ ਕੁਐਸਚਨ ਆ 4 ਤੱਕ ਹੀ ਸੀਗੇ ਨਹੀਂ ਅੱਗੇ ਵੀ ਹੈਗੇ ਆ ਠੀਕ ਆ ਇਹ ਸਿੰਪਲ ਜਿਹੀ ਐ ਬੱਚੇ ਇਹ ਕੁਐਸਚਨ ਸੋਲਵ ਕਰ ਲਿਓ ਹਾਂ ਇਹ ਸੇਮ ਰੋਸਟਰ ਫਾਰਮ ਚ ਕਨਵਰਟ ਕਰ ਲਿਓ ਉਸ ਤੋਂ ਬਾਅਦ ਤੁਹਾਨੂੰ ਈਜ਼ੀਲੀ ਪਤਾ ਲੱਗ ਜਾਊਗਾ ਉਹ ਇਕੁਅਲ ਹੈਗੇ ਆ ਕਿ ਨਹੀਂ ਹੈਗੇ ਠੀਕ ਆ ਆ ਵੀ ਈਜ਼ੀ ਐ ਕੁਐਸਚਨ ਠੀਕ ਆ ਆ ਮੈਂ ਥੋੜਾ ਜਿਹਾ ਰੋਕ ਦਿੰਨਾ ਅਗਲਾ ਕੁਐਸਚਨ ਜਿਹੜਾ ਇਹਦੇ ਸੋਲੂਸ਼ਨ ਆ ਪਏ ਆ ਆ ਵਾਲਫ ਤੇ ਫੋਲੋ ਵਾਲਾ ਕੁਐਸਚਨ ਆ ਜਿਹੜਾ ਠੀਕ ਹੈ ਅੱਗੇ ਆ ਕੁਐਸਚਨ ਨੰਬਰ 12 ਹੈ ਸੋ ਇਹ ਤੁਸੀਂ ਦੇਖ ਸਕਦੇ ਹੋ ਇਹਦਾ ਸੋਲੂਸ਼ਨ ਆ ਪਿਆ 12 ਨਹੀਂ ਸੌਰੀ ਇਹ ਕੁਐਸਚਨ ਨੰਬਰ 6 ਹੋਊਗਾ ਤੁਹਾਡੇ ਕੋਲੇ ਸੋ ਇਹ ਇਹਦਾ ਆਨਸਰ ਤੁਹਾਡੇ ਕੋਲੇ ਆ ਪਿਆ ਠੀਕ ਹੈ ਇਹ ਤੁਸੀਂ ਆਪ ਖੁਦ ਕਰ ਲੈਣਾ ਆਨਸਰ ਬਾਅਦ ਚ ਮੈਚ ਕਰ ਸਕਦੇ ਹੋ ਸੋ ਇਹ ਕੁਐਸਚਨ ਆਪਾਂ ਇਸ ਤਰ੍ਹਾਂ ਜਿਹੜਾ ਕੀ ਹੈ ਸੋਲਵ ਕਰਨਾ ਇਹਦੇ ਵਿੱਚ ਬੀ ਤੇ ਡੀ ਇਕੁਅਲ ਹੋਣਗੇ ਈ ਤੇ ਜੀ ਤੁਸੀਂ ਸਿੱਧੇ ਵੀ ਲਿਖ ਸਕਦੇ ਹੋ ਠੀਕ ਹੈ ਸੋ ਅਗਲੀ ਨੈਕਸਸ ਸਬਸੈਟ ਵਾਲੀ ਐਕਸਰਸਾਈਜ਼ ਆ ਆਪਾਂ ਉਹ ਕਰਾਂਗੇ ਸੋ ਇੱਕ ਤਾਂ ਬੱਚੇ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੇ ਵੀਡੀਓ ਚੰਗੀ ਲੱਗੇ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਸ਼ੇਅਰ ਆਪਦੇ ਜਿਹੜੇ ਸਟੂ ਫਰੈਂਡਸ ਆ ਉਹਨਾਂ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਉਹ ਵੀ ਆ ਜਿਹੜਾ ਆਪਦਾ ਸਿਲੇਬਸ ਸਟਾਰਟ ਕਰ ਸਕ ਜੇ ਅਜੇ ਤੱਕ ਨਹੀਂ ਕੀਤਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਓਕੇ ਜੀ